ਸ੍ਰੀ ਵਾਹੇ ਉਪਮਾ ਸੁਣੋ ਰਾਜਨ ਕੀ ਸੰਤ ਕਹਿਤ ਜੇਤ ਪਹੁੰਚਾ ਬੇਸ਼ੁਮਾਰ ਵਡ ਸਾਹਿਬ ਦਾ ਤਾਰਾ ਤੁਝ ਬਿਨ ਕੌਣ ਕਰੇ ਗਰੀਬ ਨਿਵਾਸ ਗੁਸਈਆ ਮੇਰਾ ਮਾਥੇ ਛਤਰ ਚਰਨਾਂ ਵਿੱਚ ਬਰਾਜ ਰਹੀ ਸਾਧ ਸੰਗਤ ਸਾਰੇ ਪਿਆਰ ਸਤਿ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਰਹਿਮਤ ਦਾ ਸਦਕਾ ਅੱਜ ਸਮਾਗਮ ਅਖੀਰਲੇ ਪੜਾਅ ਵਿੱਚ ਅਖੀਰਲੀ ਰਾਤ ਹੈ। ਜਿੰਨਾ ਵੱਡਾ ਸੰਗਤ ਦਾ ਇਕੱਠ ਹੈ ਉਹਨਾਂ ਫਤਿਹ ਦਾ ਜਵਾਬ ਵਾਪਸ ਨਹੀਂ ਆਇਆ। ਕਾਰਨ ਸਮਝਣ ਵਾਸਤੇ ਸ਼ਾਇਦ ਬਹੁਤ ਟਾਈਮ ਲੱਗੇਗਾ। ਮੈਂ ਦੁਬਾਰਾ ਫਿਰ ਆਪ ਨੂੰ ਬੇਨਤੀ ਕਰਦਾ ਹਾਂ, ਸਾਰੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸੁਹਾਵਣਾ ਸਮਾਂ ਜੋ ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਔਰ ਸਾਡੇ ਗੁਰਦੇਵ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ, ਜਿਨ੍ਹਾਂ ਦੇ ਵਰੋ ਸਾਏ, ਜਿਨ੍ਹਾਂ ਦੇ ਸਾਜੇ ਨਵਾਜੇ ਸਾਰੇ ਸੇਵਾਦਾਰ ਅਤੇ ਸੰਗੀ ਬਿਰਾਜਮਾਨ ਹੋ, ਸ਼ਹਿਰ ਮਲੋਟ ਅਤੇ ਸਮੂਹ ਇਲਾਕਾ ਨਿਵਾਸੀ ਆਪ ਸਾਰੇ ਵਧਾਈ ਦੇ ਪਾਤਰ ਹੋ, ਜਿਨ੍ਹਾਂ ਨੇ ਸਹਿਯੋਗ ਆਗੂਆਂ ਨੂੰ ਸਹਿਯੋਗ ਦੇ ਕੇ ਇਹ ਸਮਾਗਮ ਸੰਤ ਬਾਬਾ ਸੁਖਦੇਵ ਸਿੰਘ ਜੀ ਅਤੇ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕਸਰ ਕਲੇਰਾਂ ਵੱਲੋਂ ਆਯੋਜਿਤ ਕੀਤਾ ਗਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੀ ਮਾਈ ਭਾਈ ਸਭਨਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਵਿੱਚ ਹਿੱਸਾ ਪਾਇਆ। ਮੁੱਖ ਰੂਪ ਵਿੱਚ ਧੰਨ ਬਾਬਾ ਈਸ਼ਰ ਸਿੰਘ ਜੀ ਦਾ 100 ਸਾਲਾ
ਜਨਮ ਦਿਹਾੜਾ ਅਤੇ ਧੰਨ ਧੰਨ ਬਾਬਾ ਮਹਾਂ ਹਰਨਾਮ ਸਿੰਘ ਜੀ ਦਾ 200 ਸਾਲਾ ਉਸ ਦਿਹਾੜੇ ਨੂੰ ਇਹ ਸਮਰਪਿਤ ਸਮਾਗਮ ਹੈ। ਜਿਸ ਵੇਲੇ ਮੈਂ ਪੰਡਾਲ ਵਿੱਚ ਆ ਰਿਹਾ ਸੀ ਅਤੇ ਗੁਰਮੁਖ ਪਿਆਰੇ ਸ਼ਾਇਦ ਕਲੇਰਾਂ ਵਾਲੇ ਕੀਰਤਨੀ ਜਥੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਉਸਤ ਦੇ ਵਿੱਚ ਕੁਝ ਕਵਿਤ ਕਹਿ ਰਹੇ ਸਨ। ਗੁਰਮੁਖ ਪਿਆਰਿਓ, ਜੋ ਆਪਣੀ ਅੱਜ ਹੋਂਦ ਹੈ, ਜਿਸ ਰੂਪ ਵਿੱਚ ਆਪਾਂ ਬੈਠੇ ਹਾਂ, ਸਰਦਾਰੀਆਂ ਭੋਗ ਰਹੇ ਹਾਂ, ਰਾਜ ਭਾਗ ਦੇ ਸੁੱਖ ਭੋਗ ਰਹੇ ਹਾਂ, ਕਿਸੇ ਕਵੀ ਨੇ ਚਾਰ ਲਾਈਨਾਂ ਲਿਖੀਆਂ ਕਵਿਤ ਦੇ ਰੂਪ ਵਿੱਚ। ਕਹਿੰਦਾ, ਨੀਚ ਨੀਚ ਆਖ ਕੇ ਅਛੂਤ ਦੁਰਕਾਰਿਆਂ ਨੂੰ ਕੌਣ ਚੁੱਕ ਪੁੱਤਾਂ ਵਾਂਗ ਛਾਤੀ ਨਾਲ ਲਾਂਵਦਾ। ਨੀਚ ਨੀਚ ਆਖ ਕੇ ਅਛੂਤ ਦੁਰਕਾਰਿਆਂ ਨੂੰ ਕੌਣ ਚੁੱਕ ਪੁੱਤਾਂ ਵਾਂਗ ਛਾਤੀ ਨਾਲ ਲਾਂਵਦਾ। ਇੱਕ ਘਰ ਹੋਣ ਜਿੱਥੇ 12 ਚੁੱਲ੍ਹੇ ਵੱਖ ਵੱਖ, ਕੌਣ ਤਿੰਨਾਂ ਇੱਕ ਬਾਟੇ ਅੰਮ੍ਰਿਤ ਪਿਲਾਵਦਾ। ਬਿਨਾਂ ਘਰ ਦਰ ਜਿਹੜੇ ਫਿਰਨ ਵਰਜੇਸ਼ ਹਰੀ, ਕੌਣ ਤਿੰਨਾਂ ਰਾਜ ਦੇ ਸਿੰਘਾਸਨ ਬੈਠਾਵਦਾ। ਹੁੰਦੇ ਕਿਵੇਂ ਚਿੜੇ ਬਾਜ ਗਿੱਦੜੋਂ ਬੱਬਰ ਸ਼ੇਰ, ਚਿੱਟੇ ਬਾਜਾਂ ਵਾਲਾ ਜੇ ਨਾ ਜੱਗ ਉੱਤੇ ਆਉਂਦਾ। ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਦੌਲਤ ਆਪਾਂ ਇਸ ਰੂਪ ਵਿੱਚ, ਇਸ ਹੋਂਦ ਵਿੱਚ ਬੈਠੇ ਹਾਂ। ਨਹੀਂ ਤਾਂ ਬਾਬਾ ਬੁੱਲੇ ਸ਼ਾਹ ਦਾ ਉਹ ਕਥਨ ਯਾਦ ਕਰੀਏ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ। ਸੋ ਗੁਰਮੁਖ ਪਿਆਰਿਓ, ਅੱਜ ਦਾ ਜੋ ਮੇਰਾ ਕੀਰਤਨ ਦਾ ਵਿਚਾਰ ਹੈ, ਧੰਨ ਬਾਬਾ ਈਸ਼ਰ ਸਿੰਘ ਜੀ ਨੇ ਆਪਣੇ ਜੀਵਨ ਦੇ ਵਿੱਚ ਦੋ ਪਹਿਲੂ ਮੁੱਖ ਰੂਪ ਵਿੱਚ ਵੀ ਰੱਖੇ ਨੇ। ਮੁਰਸ਼ਦ ਦੀ ਸੇਵਾ ਕੀਤੀ, ਸੇਵਾ ਕਰਕੇ ਸਾਰੇ ਖਜ਼ਾਨੇ ਦੇ ਮਾਲਕ ਬਣ ਗਏ, ਸਾਰੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਡਿਊਟੀ ਪ੍ਰਾਪਤ ਹੋ ਗਈ, ਜ਼ਿੰਮੇਵਾਰੀ ਸੰਭਾਲੀ, ਹਿੰਦੁਸਤਾਨ ਦੇ ਕੋਨੇ ਕੋਨੇ ਦੇ ਵਿੱਚ ਜਾ ਕੇ ਦੋ ਚੀਜ਼ਾਂ ਦਾ ਹੋਕਾ ਦਿੱਤਾ ਹੈ। ਔਰ ਦੋਨੇ ਮਿਸ਼ਨ ਸਾਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ, ਜੋ ਆਪ ਸਾਹਮਣੇ ਉੱਚੀਆਂ ਤਸਵੀਰਾਂ, ਦੋ ਤਖ਼ਤ ਸਾਹਿਬਾਨਾਂ ਦੇ ਦਰਸ਼ਨ ਕਰ ਰਹੇ ਹੋ। ਇੱਕ ਦਾਤ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਦੀ ਧਰਤੀ ਤੋਂ ਬਖਸ਼ਿਸ਼ ਕੀਤੀ ਹੈ, ਖੰਡੇ ਬਾਟੇ ਦਾ ਅੰਮ੍ਰਿਤ। ਦੂਸਰੀ ਬਖਸ਼ਿਸ਼, ਔਰ ਸਾਡੇ ਵਾਸਤੇ ਇਹ ਲਾਜ਼ਮੀ ਹੁਕਮ ਦੇ ਕੇ ਕਰਾਰ ਦਿੱਤਾ ਹੈ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਸ਼ਬਦ ਮਹਿਲੇ। ਇਹ ਦੋ ਹੁਕਮ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ, ਬਾਬਾ ਈਸ਼ਰ ਸਿੰਘ ਜੀ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਤੁਰ ਪਏ, ਜਿਨ੍ਹਾਂ ਸਮਿਆਂ ਦੇ ਵਿੱਚ ਅੱਜ ਵਰਗੇ ਨਾ ਕੋਈ ਸਾਧਨ,
ਨਾ ਕੋਈ ਰਸਤੇ ਪੱਕੇ। ਐਸਾ ਨਾ ਹੋਣ ਦੇ ਬਾਵਜੂਦ ਵੀ ਬਾਬਾ ਜੀ ਨੇ ਪਿੰਡਾਂ ਦੇ ਖੇਤਾਂ ਦੀਆਂ ਵੱਟਾਂ ਤੋਂ ਤੁਰ ਕੇ ਕਲਗੀਆਂ ਵਾਲੇ ਦਾ ਉਹ ਸੰਦੇਸ਼ ਘਰ ਘਰ ਤੱਕ ਪਹੁੰਚਾਇਆ, ਜਿਸ ਦੀ ਬਦੌਲਤ ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਜੋ ਆਪਣੀ ਦ੍ਰਿਸ਼ਟੀ ਵਿੱਚ ਆਉਂਦਾ ਹੈ, ਅਸੀਂ ਆਪ ਇੱਕ ਗੰਦੇ ਪਾਣੀ ਦੇ ਕੀੜੇ ਹੋਣ ਦੇ ਨਾਤੇ ਜੇ ਕਿਤੇ ਸਾਡਾ ਕੱਦ 6 ਫੁੱਟ ਦੀ ਲੰਬਾਈ ਵਾਲਾ ਹੈ, ਅਸੀਂ 6.5 ਫੁੱਟ ਦਾ ਪਲੰਘ ਪ੍ਰਵਾਨ ਨਹੀਂ ਕਰਦੇ। 6.5 ਫੁੱਟ ਦਾ ਪਲੰਘ ਉਹ ਸਾਨੂੰ ਆਰਾਮਦਾਇਕ ਨਹੀਂ ਲੱਗਦਾ। ਸ੍ਰਿਸ਼ਟੀ ਦੇ ਮਾਲਕ ਪ੍ਰਗਟ ਗੁਰੂ ਦਾ ਦੇਹ ਸਰੀਰ, ਜਿਸ ਗੁਰੂ ਨੂੰ ਅਸੀਂ ਹਰ ਰੋਜ਼ ਪਤਾ ਨਹੀਂ ਕਿੰਨੀ ਵਾਰ ਨਮਸਕਾਰ ਕਰਦੇ ਹਾਂ, ਕਲਗੀਆਂ ਵਾਲੇ ਪਾਤਸ਼ਾਹ ਦੇ ਹੁਕਮ ਨੂੰ ਦੁਹਰਾਉਂਦੇ ਹਾਂ, ਅਤੇ ਉਸ ਗੁਰੂ ਵਾਸਤੇ ਬੜੇ ਥਾਵਾਂ 'ਤੇ ਅੱਜ ਵੀ ਅਜੇ ਵੇਖਣ ਨੂੰ ਮਿਲਦਾ ਹੈ, ਜਾਂ ਤਾਂ ਉਹਨਾਂ ਨਗਰਾਂ ਦੀਆਂ ਪੰਚਾਇਤਾਂ ਅਣਗਹਿਲੀ ਵਿੱਚ ਨੇ, ਜਾਂ ਉਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਅਣਗਹਿਲੀ ਵਿੱਚ ਨੇ, ਜਿਨ੍ਹਾਂ ਨੇ ਅਜੇ ਤੱਕ ਅਹਿਸਾਸ ਹੀ ਨਹੀਂ ਮੰਨਿਆ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰੂ ਦਾ ਸਰੀਰ ਹੈ। ਜੇ ਸਾਨੂੰ ਗਰਮੀ ਸਰਦੀ ਦੇ ਪ੍ਰਬੰਧਾਂ ਦੀ ਲੋੜ ਹੈ ਤਾਂ ਉਸ ਗੁਰੂ ਵਾਸਤੇ ਵੀ ਪ੍ਰਬੰਧਾਂ ਦੀ ਲੋੜ ਹੈ। ਬਾਬਾ ਜੀ ਚਾਹੇ ਦਿੱਲੀ, ਚਾਹੇ ਕਲਕੱਤੇ, ਚਾਹੇ ਬੰਬੇ, ਚਾਹੇ ਦਿਹਾਤੀ ਖੇਤਰਾਂ ਦੇ ਵਿੱਚ ਜਿੱਥੇ ਵੀ ਗਏ, 1 ਨੰਬਰ 'ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ। ਔਰ ਅੱਜ ਵੀ ਬਾਬਾ ਜੀ ਦੇ ਬਚਨਾਂ 'ਤੇ ਅਖੀਰ 'ਤੇ ਸ਼ਬਦ ਨੇ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਮੈਂ ਆਪ ਨੂੰ ਤਾਂ ਬੇਨਤੀ ਕਰਦਾ ਹਾਂ, ਸਾਡੇ ਸਮਾਜ ਵਿੱਚੋਂ ਬਹੁਤ ਲੋਕ ਖੁੰਭਾਂ ਵਾਂਗੂ ਪੈਦਾ ਹੋ ਰਹੇ ਨੇ, ਉਹਨਾਂ ਦੀ ਹਾਲਤ ਇਹ ਆ, ਆਪ ਨਾ ਬੁੱਝਾਂ ਲੋਕ ਬੁਝਾਈ, ਐਸਾ ਆਗੂ ਹੋਵਾਂ ਜਾਂ ਗਿੱਦੜ ਦਾਖ ਨਾ ਆਪਣੇ ਆਖੇ ਥੂ ਕੌੜੀ। ਆਪ ਓਨੀ ਕਮਾਈ ਨਹੀਂ ਕਰ ਸਕਦੇ, ਆਪ ਓਨੀ ਬੰਦਗੀ ਨਹੀਂ ਕਰ ਸਕਦੇ। ਨੁਕਤਾਚੀਨੀ ਬੰਦਗੀ ਵਾਲਿਆਂ ਦੀ, ਨੁਕਤਾਚੀਨੀ ਪ੍ਰਾਪਤੀ ਵਾਲਿਆਂ ਦੀ, ਜਿੱਥੇ ਵੀ ਜਾਣਾ ਇਹ ਕੋਈ ਮਰਿਆਦਾ ਹੈ? ਅਖੰਡ ਪਾਠਾਂ ਦੀਆਂ ਲੜੀਆਂ ਚਲਾ ਦੇਣੀਆਂ, ਅਖੰਡ ਪਾਠ ਤਾਂ ਇੱਕ ਹੀ ਬਹੁਤ ਹੁੰਦਾ, ਆਹ ਸੰਪਟ ਪਾਠ ਦਾ ਨਵਾਂ ਹੀ ਸ਼ੋਸ਼ਾ ਸ਼ੁਰੂ ਕਰ ਦਿੱਤਾ। ਐਸੇ ਐਸੇ ਸ਼ਬਦ ਸੰਗਤਾਂ ਨੂੰ ਗੁੰਮਰਾਹ ਕਰਨ ਵਾਲੇ। ਮੈਂ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਇੱਕ ਬੇਨਤੀ ਕਰਦਾ ਹਾਂ, ਧੰਨ ਬਾਬਾ ਆਨੰਦ ਸਿੰਘ ਜੀ ਦੀ ਕਮਾਈ ਅਤੇ ਸੰਗੀ ਪਰਿਵਾਰ ਦੀ ਸ਼ਰਧਾ, ਆਪਣੇ ਨਾਨਕਸਰ ਤੋਂ ਕੋਈ 16-17 ਕਿਲੋਮੀਟਰ ਦੀ ਦੂਰੀ 'ਤੇ ਚੌਂਕੀ ਮਾਨ ਅਤੇ ਚੌਂਕੀ ਮਾਨ ਤੋਂ ਪਹਾੜ ਦੀ ਦਿਸ਼ਾ ਨੂੰ ਪਿੰਡ ਮਾਜਰੀ ਹੈ, ਉੱਥੇ ਪਰਿਵਾਰ ਦਾ ਬੱਚਾ ਜਿਸਦਾ ਬੱਚੇ ਦੇ ਬਾਪ ਦਾ ਨਾਂ ਮੇਜਰ ਸਿੰਘ ਹੈ, 3 ਸਾਲ ਪਹਿਲਾਂ ਆਪਣੇ ਮਿੱਤਰ ਨਾਲ ਅਤੇ ਉਹਦੇ ਬਾਪ ਨਾਲ ਜਗਰਾਓਂ ਕਿਸੇ ਕੰਮ ਵਾਸਤੇ ਗੱਡੀ 'ਤੇ ਬੈਠੇ ਪਿੰਡੋਂ ਚੱਲ ਪਏ।
ਸ਼ਾਮ ਦਾ ਵਕਤ ਹੋਇਆ ਤੇ ਸਿੱਧਵਾਂ ਕਾਲਜ ਵਾਲੇ ਮੋੜ ਤੇ ਆ ਕੇ ਐਕਸੀਡੈਂਟ ਹੋ ਗਿਆ। ਉਸ ਬਾਪ ਤੇ ਬੱਚੇ ਦੀ ਥਾਂ ਮੌਤ ਹੋ ਗਈ। ਮੇਜਰ ਸਿੰਘ ਦਾ ਲੜਕਾ ਬਚ ਗਿਆ ਪਰ ਬਚਣ ਦੀ ਕੋਈ ਉਮੀਦ ਨਹੀਂ ਸੀ ਦਿਸਦੀ। ਬੱਚੇ ਨੂੰ ਲਿਆਂਦਾ, ਸੰਭਾਲਿਆ। ਉਸ ਬੱਚੇ ਦੀ ਉਸ ਦਿਨ ਤੋਂ ਆਵਾਜ਼ ਬੰਦ ਹੋ ਗਈ। ਬੜੇ ਬੜੇ ਵੱਡੇ ਹੌਸਪੀਟਲਾਂ ਦੇ ਵਿੱਚ ਯਤਨ ਕੀਤੇ, ਡਾਕਟਰਾਂ ਨੂੰ ਚੈੱਕ ਕਰਵਾਇਆ। CMC ਤੇ DMC ਦੇ ਡਾਕਟਰ ਹੱਥ ਖੜ੍ਹੇ ਕਰ ਗਏ, ਕਹਿਣ ਲੱਗੇ ਇਸ ਬੱਚੇ ਦੀ ਆਵਾਜ਼ ਨਹੀਂ ਚੱਲ ਸਕਦੀ। ਜਿਹੜਾ ਆਪਣੇ ਗਲ ਦੇ ਵਿੱਚ ਇੱਕ ਪਰਮੇਸ਼ਰ ਦੀ ਰਚਨਾ ਹੈ, ਇੱਕ ਜਿਹਨੂੰ ਆਪਾਂ ਤਾਂ ਬੋਲਦੇ ਹਾਂ, ਛੋਟਾ ਜਿਹਾ ਪਾਰਟ ਆਪਣੇ ਗਲੇ ਦੇ ਵਿੱਚ ਲਮਕਦਾ ਹੈ, ਉਹ ਸਾਡੀ ਆਵਾਜ਼ ਦਾ ਇੱਕ ਹਿੱਸਾ ਹੈ। CMC ਦੇ ਡਾਕਟਰ ਕਹਿੰਦੇ ਵੀ ਉਹ ਕਾਂ ਸੁੱਕ ਗਿਆ, ਬਲੀਡਿੰਗ ਖੂਨ ਇੰਨਾ ਵੱਗ ਚੁੱਕਾ ਹੈ, ਇਹ ਬੱਚਾ ਦੁਬਾਰਾ ਸਾਰੀ ਜ਼ਿੰਦਗੀ ਨਹੀਂ ਬੋਲ ਸਕੇਗਾ। ਗੁਰਮੁਖ ਪਿਆਰਿਓ, ਜਦੋਂ ਉਹਨਾਂ ਹਸਪਤਾਲਾਂ ਤੋਂ ਜਵਾਬ ਮਿਲ ਗਿਆ, ਨਾਨਕ ਸਰ ਆਏ, ਸਬਬ ਨਾਲ ਦੱਸਦਿਆਂ ਪੁੱਛਦਿਆਂ ਦਾਸ ਨਾਲ ਬੇਲ ਹੋ ਗਿਆ। ਉਹਨਾਂ ਦੇ ਮਾਤਾ ਪਿਤਾ ਨੇ ਮੈਨੂੰ ਦੱਸਿਆ ਅਤੇ ਉਹ ਬੱਚਾ ਇੰਨਾ ਸੁਨੱਖਾ, 22 ਸਾਲ ਦੀ ਉਮਰ ਹੈ। ਉਹ ਬੱਚਾ ਜਿਵੇਂ ਗੁੰਗੇ ਬੱਚੇ ਇਸ਼ਾਰਾ ਕਰਦੇ ਇਵੇਂ ਹੱਥ ਨਾਲ ਇਸ਼ਾਰਾ ਕਰਕੇ ਦੱਸੇ। ਉਹਦੇ ਗਲ ਦੇ ਉੱਤੇ ਪੱਟੀ ਵੀ ਬੱਧੀ ਹੋਈ ਸੀ। ਉਹਨਾਂ ਨੇ ਸਾਰੀ ਵਿੱਥਿਆ ਦੱਸੀ, ਮੇਰੇ ਮਨ ਵਿੱਚ ਵੀ ਬੜੀ ਦਇਆ ਆਈ, ਤਰਸ ਆਇਆ। ਔਰ ਮੈਂ ਸਾਫ ਸ਼ਬਦਾਂ 'ਚ ਉਹਨਾਂ ਨੂੰ ਆਖਿਆ, ਮੈਂ ਕਿਹਾ ਗੁਰਮੁਖੋ, ਮੇਰੇ ਕੋਲ ਕੋਈ ਸ਼ਕਤੀ ਨਹੀਂ, ਮੇਰੇ ਕੋਲ ਕੋਈ ਮੰਤਰ ਜੰਤਰ ਨਹੀਂ, ਜਾਂ ਮੈਂ ਤੁਹਾਨੂੰ ਫੂਕ ਮਾਰ ਕੇ ਠੀਕ ਕਰ ਦੇਵਾਂ। ਹਾਂ, ਇੱਕ ਰਸਤਾ ਦੱਸ ਸਕਦਾ, ਜੇ ਤੁਸੀਂ ਮੰਨ ਕੇ ਅਮਲ ਕਰ ਲਵੋ ਤਾਂ ਬਾਬਾ ਆਨੰਦ ਸਿੰਘ ਜੀ ਦੇ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ। ਕਹਿਣ ਲੱਗੇ ਜੀ ਦੱਸੋ। ਮੈਂ ਕਿਹਾ ਥੱਲੇ ਭੋਰਾ ਸਾਹਿਬ ਸੱਚਖੰਡ ਦੇ ਵਿੱਚ ਚਲੇ ਜਾਓ, ਜੋ ਬਾਬਾ ਆਨੰਦ ਸਿੰਘ ਜੀ ਦਾ ਤਪ ਸਥਾਨ ਹੈ, ਉੱਥੇ ਜਾ ਕੇ ਅਰਦਾਸ ਕਰੋ, ਬਾਬਾ ਜੀ ਆਪੇ ਕੋਈ ਨਾ ਕੋਈ ਰਸਤਾ ਕੱਢ ਦੇਣਗੇ। ਉਹਨਾਂ ਨੇ ਭੋਰਾ ਸਾਹਿਬ ਜਾ ਕੇ ਅਰਦਾਸ ਕੀਤੀ। ਧੰਨ ਬਾਬਾ ਆਨੰਦ ਸਿੰਘ ਜੀ ਨੇ ਉਹਨਾਂ ਦੀ ਭਾਵਨਾ ਵਾਲੀ ਅਰਦਾਸ ਨੂੰ ਸੁਣ ਲਿਆ, ਰਸਤਾ ਬਖਸ਼ ਦਿੱਤਾ। ਕੋਈ ਐਸਾ ਵਿਅਕਤੀ ਮਿਲਿਆ, ਤੀਸਰੇ ਦਿਨ ਕਹਿਣ ਲੱਗਾ ਵੀ ਜੇ ਬੱਚੇ ਨੂੰ ਤੁਸੀਂ ਕਿਸੇ ਚੰਗੇ ਡਾਕਟਰ, ਚੰਗੇ ਹਸਪਤਾਲ ਦੇ ਵਿੱਚ ਚੈੱਕ ਕਰਵਾਓ ਤਾਂ ਮੈਨੂੰ ਉਮੀਦ ਹੈ ਵੀ ਬੱਚਾ ਠੀਕ ਹੋ ਜਾਏਗਾ। ਉਹ ਕਹਿਣ ਲੱਗੇ ਵੀ ਅਸੀਂ ਡਾਕਟਰ ਨਹੀਂ ਕੋਈ ਛੱਡਿਆ, ਹਸਪਤਾਲ ਨਹੀਂ ਕੋਈ ਛੱਡਿਆ। ਉਹ ਕਹਿਣ ਲੱਗੇ ਵੀ ਤੁਸੀਂ ਇੱਕ ਵਾਰੀ ਮੇਰਾ ਆਖਾ ਮੰਨ ਕੇ ਗੁੜਗਾਓਂ ਜਾ ਕੇ ਚੈੱਕ ਕਰਵਾਓ। ਉਸ ਵਿਅਕਤੀ ਦਾ ਆਖਾ ਮੰਨ ਕੇ, ਕੌਣ ਸੀ ਉਹ ਵਿਅਕਤੀ ਇਹ ਬਾਬਾ ਜੀ ਜਾਣਦੇ ਨੇ, ਗੁੜਗਾਓਂ ਗਏ, ਚੈੱਕ ਕਰਵਾਇਆ। ਉਹਨਾਂ ਡਾਕਟਰਾਂ ਨੇ ਵੀ ਬੜਾ ਸੋਚ ਸਮਝ ਕੇ ਕਹਿਣ ਲੱਗੇ ਵੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ, ਇਸ ਬੱਚੇ ਦੀ ਆਵਾਜ਼ ਚੱਲਣ ਦੀ ਅਸੀਂ 50% ਆਪਣੇ ਵੱਲੋਂ ਗਰੰਟੀ ਦੇ ਸਕਦੇ ਹਾਂ, 100% ਗਰੰਟੀ ਨਹੀਂ ਦੇ ਸਕਦੇ ਕਿ ਬੱਚਾ ਬੋਲੇਗਾ ਜਾਂ ਨਹੀਂ ਬੋਲੇਗਾ। ਮੈਨੂੰ ਉਹਨਾਂ ਨੇ ਟੈਲੀਫੋਨ ਕੀਤਾ, ਮੈਂ ਕਿਹਾ ਵੀ ਤੁਸੀਂ ਬਾਬਾ ਜੀ ਦਾ ਆਸਰਾ ਲੈ ਕੇ ਓਪਰੇਸ਼ਨ ਦੀ ਤਰੀਕ ਲੈ ਲਓ। ਤਰੀਕ ਮਿਲ ਗਈ, ਤਰੀਕ ਲੈ ਕੇ ਨਾਨਕ ਸਰ ਆ ਗਏ। ਮਾਤਾ ਪਿਤਾ ਨੂੰ ਮੈਂ ਬੇਨਤੀ ਕੀਤੀ, ਮੈਂ ਕਿਹਾ ਵੀ ਹੁਣ ਤੁਸੀਂ ਅਗਲਾ ਕੰਮ ਕਰੋ ਕਿ ਜਦੋਂ ਬੱਚੇ ਦਾ ਓਪਰੇਸ਼ਨ, ਜਿਹੜੀ ਤਰੀਕ ਆਉਣੀ ਹੈ,
ਉਸ ਤਰੀਕ ਤੋਂ ਪਹਿਲਾਂ ਪਹਿਲਾਂ ਘਰ ਦੇ ਵਿੱਚ ਸਹਿਜ ਸੰਪਟ ਅਖੰਡ ਸਹਿਜ ਸੰਪਟ ਪਾਠ ਆਰੰਭ ਕਰਵਾ ਦਿਓ। ਓਪਰੇਸ਼ਨ ਦਾ ਟਾਈਮ ਉਸ ਪਾਠ ਦੇ ਦੌਰਾਨ ਆਉਣਾ ਚਾਹੀਦਾ, ਸਹਿਜ ਸੰਪਟ ਜਿਹੜਾ 13 ਦਿਨਾਂ ਦੇ ਵਿੱਚ ਭੋਗ ਪੈਂਦਾ। ਉਹਨਾਂ ਨੇ ਹਾਂ ਕਹਿ ਦਿੱਤੀ। ਪਾਠੀ ਸਿੰਘ ਨਾਨਕਸਰ ਤੋਂ ਲੈ ਗਏ, ਦੋ ਪਾਠੀ ਸਿੰਘਾਂ ਨੇ ਪਾਠ ਆਰੰਭ ਕੀਤਾ। ਤੀਸਰੇ ਦਿਨ ਉਸ ਬੱਚੇ ਦਾ ਓਪਰੇਸ਼ਨ ਹੋਣਾ ਸੀ। ਓਪਰੇਸ਼ਨ ਹੋਇਆ, ਪਿਆਰੀ ਸਾਧ ਸੰਗਤ ਮੈਂ ਸਤਿਗੁਰੂ ਦੀ ਹਜ਼ੂਰੀ ਵਿੱਚ ਕਹਿੰਦਾ, ਮੱਧ ਤੋਂ ਪਹਿਲਾਂ ਪਹਿਲਾਂ ਉਸ ਬੱਚੇ ਦੀ ਆਵਾਜ਼ ਚੱਲ ਪਈ ਅਤੇ ਟੈਲੀਫੋਨ 'ਤੇ ਆਪਣੇ ਮਾਤਾ ਪਿਤਾ ਨਾਲ ਗੱਲ ਕਰ ਰਿਹਾ। ਉਹ ਬੱਚਾ ਪਰਸੋਂ ਗੁੜਗਾਵਾਂ ਤੋਂ ਛੁੱਟੀ ਮਿਲੀ, ਘਰੇ ਆ ਕੇ ਉਹਨੇ ਇਸ਼ਨਾਨ ਕੀਤਾ ਅਤੇ ਸਭ ਤੋਂ ਪਹਿਲਾਂ ਨਾਨਕਸਰ ਭੋਰਾ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਬਾਬਾ ਆਨੰਦ ਸਿੰਘ ਜੀ ਦਾ ਸ਼ੁਕਰਾਨਾ ਕਰਕੇ ਗਿਆ। 3 ਸਾਲ ਤੋਂ ਬੰਦ ਪਈ ਆਵਾਜ਼ ਬਾਬਾ ਆਨੰਦ ਸਿੰਘ ਜੀ ਉਹਨਾਂ ਵਿੱਚ ਕੀਤੀ ਅਰਦਾਸ, ਉਹ ਆਵਾਜ਼ ਖੁੱਲ੍ਹ ਗਈ। ਅੱਜ ਵੀ ਬੱਚਾ ਟੈਲੀਫੋਨ 'ਤੇ ਗੱਲਾਂ ਕਰਦਾ। ਸੋ ਮੇਰਾ ਕਹਿਣ ਤੋਂ ਭਾਵ, ਗੁਰਮੁਖ ਪਿਆਰਿਓ, ਐਸੇ ਲੋਕ, ਬਾਣੀ ਦਾ ਮਹਾਂਵਾਕ ਹੈ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਂਝ। ਜਿਸ ਤਰ੍ਹਾਂ ਜਿਸ ਬੀਬੀ ਕੋਲ ਜਿਹਦੀ ਕੁੱਖ ਦੇ ਵਿੱਚੋਂ ਕੋਈ ਬੱਚਾ ਨਾ ਪੈਦਾ ਹੋਇਆ ਹੋਵੇ, ਉਹਦੇ ਵਾਸਤੇ ਸਮਾਜ ਵਿੱਚ ਬਾਂਝ ਸ਼ਬਦ ਬੋਲਿਆ ਜਾਂਦਾ। ਗੁਰਬਾਣੀ ਦੇ ਵਿੱਚ ਉਹ ਸ਼ਬਦ ਉਹਨਾਂ ਲੋਕਾਂ ਵਾਸਤੇ ਵਰਤਿਆ ਜਿਨ੍ਹਾਂ ਨੇ ਆਪ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕੀਤੀ, ਕੇਵਲ ਬੰਦਗੀ ਵਾਲਿਆਂ 'ਤੇ ਨੁਕਤਾਚੀਨੀ ਕਰਨੀ ਸਿੱਖੀ ਹੈ। ਸਤਿਗੁਰੂ ਕਹਿੰਦੇ ਨੇ, ਜੋ ਪ੍ਰਭ ਕੀਏ ਭਗਤ ਤੇ ਬਾਂਝ। ਜਿਨ੍ਹਾਂ ਨੂੰ ਪਰਮੇਸ਼ੁਰ ਨੇ ਭਗਤੀ ਤੋਂ ਬਾਂਝ ਰੱਖਿਆ, ਜਿਨ੍ਹਾਂ ਦੇ ਅੰਦਰੋਂ ਭਗਤੀ ਪੈਦਾ ਹੀ ਨਹੀਂ ਹੋਣ ਦਿੱਤੀ, ਤਾਂ ਤਾਂ ਸਦਾ ਡਰਾਨੇ ਰਹੀਏ, ਡਰਦੇ ਰਹੋ। ਜੇ ਕਿਤੇ ਮਿਲ ਜਾਵੇ ਨਾ ਵੀ ਇਸ ਰਸਤਿਓਂ ਉਹ ਆ ਰਿਹਾ, ਰਸਤਾ ਛੱਡ ਜਾਓ, ਤੁਹਾਡਾ ਬਚਾਅ ਹੋ ਜਾਵੇਗਾ। ਸੋ ਗੁਰਮੁਖ ਪਿਆਰਿਓ, ਇੱਕ ਪਹਿਲੂ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸੇਵਾ ਸਤਿਕਾਰ ਪ੍ਰਗਟ ਗੁਰੂ ਕੀ ਦੇਹ ਕਰਕੇ ਮੰਨਣਾ ਅਤੇ ਪੂਜਣਾ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਕੇ ਪ੍ਰਚਾਰਿਆ। ਦੂਸਰਾ ਪਹਿਲੂ ਬਾਬਾ ਜੀ ਦੀਵਾਨਾਂ ਦੇ ਵਿੱਚ ਬਾਬਾ ਜੀ ਧਾਰਨਾ ਬੁਲਾਉਂਦੇ ਸਨ ਸੰਗਤ ਤੋਂ, ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਲਣਾ ਕਲਗੀਆਂ ਵਾਲੇ ਨੂੰ। ਬਾਬਾ ਸੁਖਦੇਵ ਸਿੰਘ ਜੀ ਨੇ ਅਜੋਕੇ ਸਮੇਂ ਦੇ ਮੁਤਾਬਕ ਜੁਗਤੀ ਕੱਢੀ, ਟੈਲੀਫੋਨ ਦਾ ਸਿਸਟਮ ਬਣਾ ਲਿਆ, ਜਿਹੜਾ ਕਾਲ ਸਿਸਟਮ ਕਹਿ ਦਿੰਦੇ ਹਾਂ। ਦੇਸ਼ਾਂ ਵਿਦੇਸ਼ਾਂ 'ਚੋਂ ਉਤਸ਼ਾਹਿਤ ਹੋ ਕੇ ਆ ਮੀਡੀਆ ਵੀ ਸਾਨੂੰ ਉਤਸ਼ਾਹਿਤ ਕਰਦਾ। ਜਦੋਂ ਸਾਡੀ ਫੋਟੋ ਆਉਂਦੀ ਨਾ, ਉਦੋਂ ਅਸੀਂ ਨਾਲ ਦੇ ਸੰਗੀਆਂ ਸਾਥੀਆਂ ਨਾਲ ਘਰਾਂ ਵਾਲਿਆਂ ਨੂੰ ਹੋਰ ਮਿੱਤਰਾਂ ਦੋਸਤਾਂ ਨੂੰ ਫੋਨ ਕਰਕੇ ਦੱਸਦੇ ਹਾਂ ਵੀ MH1 ਲਾ ਕੇ ਵੇਖੋ ਮੇਰੀ ਫੋਟੋ, ਮੈਂ ਸਟੇਜ 'ਤੇ ਫਲਾਨੀ ਨੁੱਕਰ 'ਤੇ ਬੈਠਾ। ਆਖੋ ਸ੍ਰੀ ਵਾਹਿਗੁਰੂ ਦੱਸਦੇ ਹਾਂ। ਇਹ ਵੀ ਬਾਬਾ ਜੀ ਨੇ ਬਹੁਤ ਸੋਹਣਾ ਢੰਗ ਲੱਭਿਆ, ਜਿਹੜਾ ਉਤਸ਼ਾਹ ਪੈਦਾ ਕਰਨਾ। ਜਿਹੜਾ ਨਹੀਂ ਵੀ ਅੰਮ੍ਰਿਤ ਛਕਣ ਵਾਸਤੇ ਤਿਆਰ, ਉਹਨਾਂ ਨੂੰ ਵੀ ਅੰਮ੍ਰਿਤ ਛਕਣ ਦਾ ਉਤਸ਼ਾਹ ਬਖਸ਼ ਦੇਣਾ, ਪ੍ਰੇਰਨਾ ਦੇਣੀ। ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ, ਜੇ
ਬਹੁਤ ਸਾਰੇ ਨਾਮ ਅੰਮ੍ਰਿਤ ਛਕਣ ਵਾਸਤੇ ਆ ਰਹੇ ਨੇ। ਜਸਵੰਤ ਸਿੰਘ ਜੀ ਸੂਰਤਗੜ੍ਹ ਤੋਂ, ਬਿਮਲ ਕੌਰ ਜੀ ਸੂਰਤਗੜ੍ਹ ਤੋਂ, ਜਸਵੀਰ ਸਿੰਘ ਜੀ ਮੁਲਿਆਂਵਾਲੀ ਤੋਂ, ਸੁੱਚਾ ਸਿੰਘ ਜੀ ਕੋਲਿਆਂਵਾਲੀ ਤੋਂ, ਰਾਜ ਸਿੰਘ ਕੀਮਾ ਖੇੜਾ ਤੋਂ, ਨਿਰਮਲ ਕੌਰ ਮਲੋੜ ਤੋਂ, ਵਾਰੀ ਵਾਰੀ ਬੋਲਿਆ ਕਰੋ ਸਾਰੇ, ਸਤਿ ਸ੍ਰੀ ਸੰਗਤ ਜੀਓ। ਇੰਨੇ ਵੱਡੇ ਪੰਡਾਲ ਦੇ ਵਿੱਚੋਂ ਆ ਐਡੀ ਬਖਸ਼ਿਸ਼ ਦੇਖ ਲਓ, ਇੰਨੇ ਪ੍ਰਾਣੀ ਨਿਤਰੇ ਨੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਅੱਜ ਇਸ ਇਲਾਕੇ ਦਾ ਅਖੀਰਲਾ ਦੀਵਾਨ ਤੇ ਸਤ ਸੰਗਤ ਇੱਕ ਵਾਰੀ ਰਾਤ ਨੂੰ ਫਿਰ ਜਕਾਰੇ ਛਡਾਉਣੇ ਆ ਤੜਕੇ, ਫਿਰ ਜੀ ਤਿੰਨ ਵਾਰੀ ਜਕਾਰੇ ਛਡਾਉਣੇ ਆ। ਕਈਆਂ ਦਾ ਮਨ ਬਣਦਾ, ਕਈਆਂ ਦਾ ਨਹੀਂ, ਤੇ ਬਾਬਾ ਜੀ ਵਚਨ ਕਰਦੇ ਕਿ ਜਿਹਦਾ ਮਨ ਬਣਦਾ ਪਿਆ ਨਹੀਂ ਬਣਦਾ ਵਿੱਚ ਵਿਚਾਲੇ, ਇਹ ਚੰਗਾ ਕੰਮ ਨੇਕ ਕੰਮ ਹੈ, ਇੱਕ ਮਿੰਟ ਲਾਓ। ਮੈਂ ਆਪ ਨੂੰ ਇੱਕ ਬਹੁਤ ਕੀਮਤੀ ਗੱਲ ਦੱਸਣ ਲੱਗਾ ਹਾਂ। ਅਜੇ ਸਿੰਘਾਂ ਨੇ ਅੰਮ੍ਰਿਤ ਛਕਿਆ ਨਹੀਂ, ਸਿਰਫ ਮਨ ਬਣਾਇਆ ਅਤੇ ਪ੍ਰਣ ਕੀਤਾ। ਇਹ ਜਿਹੜੀ ਜਗ੍ਹਾ 'ਤੇ ਇਹਨਾਂ ਨੂੰ ਬੈਠਣ ਵਾਸਤੇ ਸਤਿਕਾਰ ਵਜੋਂ ਬਿਠਾਇਆ ਗਿਆ, ਜੇ ਇਸੇ ਨਕਸ਼ੇ ਨੂੰ ਧਿਆਨ ਵਿੱਚ ਲਿਆਓ, ਨਾਨਕਸਰ ਕਲੇਰਾਂ ਜਿੱਥੇ ਵੱਡੇ ਬਾਬਾ ਜੀ ਦਾ ਆਸਣ ਹੈ, ਉਹਦੇ ਆਲੇ ਦੁਆਲੇ ਦੋਨਾਂ ਪਾਸਿਆਂ 'ਤੇ ਅੱਜ ਵੀ ਬਗੈਰ ਅੰਮ੍ਰਿਤੀਆ ਬੈਠ ਨਹੀਂ ਸਕਦਾ। ਜਿਹੜਾ ਦਾੜੀ ਕੱਟਦਾ ਹੋਵੇ, ਕੇਸ ਕੱਟਦਾ ਹੋਵੇ, ਉਹ ਉਸ ਤਲਾਈ ਦੇ ਵਿੱਚ ਬਾਬਾ ਆਨੰਦ ਸਿੰਘ ਜੀ ਦੇ ਆਸਣ ਦੇ ਸੱਜੇ ਖੱਬੇ ਬੈਠ ਨਹੀਂ ਸਕਦਾ। ਅਤੇ ਬਾਬਾ ਈਸ਼ਰ ਸਿੰਘ ਜੀ ਵੇਲੇ ਇੱਥੋਂ ਤੱਕ ਹਦਾਇਤ ਸੀ, ਭਾਈ ਇਹ ਰਿਖੀਆਂ ਮੁਨੀਆਂ ਅਤੇ ਦੇਵਤਿਆਂ 'ਤੇ ਬੈਠਣ ਦੀ ਜਗ੍ਹਾ ਹੈ, ਇੱਥੇ ਕੋਈ ਐਰ ਗੈਰ ਨਹੀਂ ਬੈਠ ਸਕਦਾ। ਜਦੋਂ ਪਾਠਾਂ ਦੇ ਭੋਗ ਪੈਂਦੇ ਸਨ, ਸਿਰਫ ਪਾਠੀ ਸਿੰਘ ਇੱਥੇ ਬੈਠਦੇ ਸਨ। ਤੁਸੀਂ ਅੰਦਾਜ਼ਾ ਲਾਓ, ਅਜੇ ਅੰਮ੍ਰਿਤ ਛਕਿਆ ਨਹੀਂ, ਅੰਮ੍ਰਿਤ ਦਾ ਮਨ ਬਣਾਇਆ ਅਤੇ ਤੁਹਾਨੂੰ ਕਿੰਨੇ ਸਤਿਕਾਰ ਅਤੇ ਮਾਣ ਨਾਲ ਇੱਥੇ ਬਿਠਾਇਆ। ਜੇ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਖੰਡੇ ਬਾਟੇ ਦਾ ਅੰਮ੍ਰਿਤ, ਪੰਜ ਕਕਾਰਾਂ ਦੇ ਧਾਰਨੀ ਹੋ ਜਾਵਾਂਗੇ। ਅਤੇ ਕਿਸੇ ਕਵੀ ਨੇ ਆਖਿਆ, ਕਹਿੰਦਾ, ਕੜਾ ਕਹੇ ਚੋਰੀ ਯਾਰੀ, ਘਾਤ ਕੋ ਨਾ ਹੱਥ ਲਾਓ, ਕੱਛ ਕਹੇ ਜਤੀ ਰਹੋ ਤਿਆਗ ਪਰ ਨਾਰ ਕੋ, ਕੰਘਾ ਕਹੇ ਟੁੱਟੇ ਰੋਮਾਂ ਵਾਂਗ ਤਜ ਪਾਪ ਨਿੰਦਾ, ਕਰਦ ਕਹਿਤ ਤਜ ਲੋਭ ਮੋਹੰਕਾਰ ਕੋ, ਕੇਸ ਕਹਿਣ ਸਾਡੀ ਵਾਂਗ ਪਾਲ ਸਤ ਸੰਗ ਧਰਮ, ਸ਼ੁਦਾ ਕਹੇ ਅਮਰ ਹੋ ਜਾ ਪੀ ਕੇ ਸ਼ਬਦ ਸਾਰ ਕੋ, ਐਸੇ ਪੰਚੋਂ ਕੱਕੇ ਜਿਨ੍ਹਾਂ ਧਾਰ ਲਏ ਅਮਰ ਸੋਈ, ਪਾਉਣਗੇ ਗੁਰੂ ਗੋਬਿੰਦ ਸਿੰਘ ਕੇ ਦੀਦਾਰ ਕੋ। ਇਹ ਗਰੰਟੀ ਹੈ। ਧੰਨ ਬਾਬਾ ਈਸ਼ਰ ਸਿੰਘ ਜੀ ਭਰੇ ਦੀਵਾਨਾਂ ਦੇ ਵਿੱਚ ਉੱਚੀ ਬਾਂਹ ਕਰਕੇ ਇੰਨਾ ਹੌਸਲਾ ਦਿੰਦੇ ਸਨ, ਭਾਈ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਕਲਗੀਆਂ ਵਾਲੇ ਦੇ ਜਹਾਜ਼ ਦੇ ਚੜ੍ਹ ਜਾਓ, ਸਿੱਧੇ ਦਰਗਾਹ ਵਿੱਚ ਜਾਓਗੇ। ਧਰਮਰਾਜ ਦਾ ਦੂਤ ਤਾਂ ਕੀ, ਧਰਮਰਾਜ ਵੀ ਤੁਹਾਨੂੰ ਓਏ ਨਹੀਂ ਆ ਸਕੇਗਾ, ਕਿਉਂਕਿ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਖਾਤੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ। ਸੋ ਵਕਤ ਵੀ ਕਾਫੀ ਹੋ ਗਿਆ, ਮੈਂ ਜੋ ਬਾਬਾ ਕੁੰਦਨ ਸਿੰਘ ਜੀ ਨੇ ਕਿਰਪਾ ਕੀਤੀ ਹੈ ਉਹਦੇ ਸੰਬੰਧ ਵਿੱਚ ਆਪ ਸਭ ਸੰਗਤਾਂ ਨੂੰ ਇਹ ਵਿਸ਼ੇਸ਼ ਕਰਕੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਬਾਬਾ ਜੀ ਨੇ ਕੇਸ ਬੰਨ੍ਹ ਬੰਨ੍ਹ ਕੇ ਭਗਤੀ ਕੀਤੀ, ਤਪੱਸਿਆ ਕੀਤੀ ਔਰ ਮਰਿਆਦਾ ਦਾ ਤੁਰਬਾ ਬੰਨਿਆ, ਉਹ ਮਰਿਆਦਾ ਸਾਨੂੰ ਕਲਯੁਗੀ ਲੋਕਾਂ ਨੂੰ ਬਖਸ਼ੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਇੱਕ ਨੰਬਰ 'ਤੇ ਹੋਣਾ ਚਾਹੀਦਾ।
ਕਿਸੇ ਵੀ ਨਗਰ ਦੇ ਵਿੱਚ ਜਿਹੜੇ ਵੀ ਉੱਥੋਂ ਦੇ ਪ੍ਰਬੰਧਕ ਜਾਂ ਉੱਥੋਂ ਦੇ ਕੋਈ ਗੁਰੂ ਕੀ ਸੇਵਾ ਕਰਨ ਵਾਲੇ ਵਜ਼ੀਰ ਬੈਠੇ ਨੇ, ਇਹ ਜ਼ਰੂਰ ਬੇਨਤੀ ਪ੍ਰਵਾਨ ਕਰਨੀ, ਕਿਉਂਕਿ ਜੋ ਬਾਬਾ ਕੁੰਦਨ ਸਿੰਘ ਜੀ ਦਾ ਦਾਸ ਨੇ ਪ੍ਰੈਕਟੀਕਲ ਜੀਵਨ ਵੇਖਿਆ, ਮੈਂ ਉਹਦੇ ਆਧਾਰ 'ਤੇ ਬੇਨਤੀ ਕਰਦਾ ਹਾਂ। ਮੈਂ ਉਸ ਦਿਨ ਵੀ ਸ਼ਾਇਦ ਆਪ ਨੂੰ ਦੱਸਿਆ ਸੀ ਕਿ ਉਸ ਮਹਾਂਪੁਰਸ਼ ਦੀ ਆਤਮਾ ਉਦੋਂ ਤੜਫੀ ਜਦੋਂ ਵੇਖਿਆ ਕਿ ਸ਼ੂਗਰ ਮਿਲ ਲੱਗ ਰਹੀ ਹੈ, ਮੇਰੇ ਸਤਿਗੁਰੂ ਨੂੰ ਹੁਣ ਧੁੱਪ ਲਵਾਉਣ ਦੀ ਸੇਵਾ ਬੰਦ ਹੋ ਜਾਵੇਗੀ। ਸਤਿਗੁਰੂ ਦੀ ਸੇਵਾ ਦੇ ਦੁੱਖ ਨੂੰ ਮਨਾਉਂਦਿਆਂ ਉਸ ਮਹਾਂਪੁਰਸ਼ ਦੀ ਉਸ ਸ਼ਖਸੀਅਤ ਦੀ ਰਸਨਾ ਤੋਂ ਇਹ ਸ਼ਬਦ ਨਿਕਲੇ, ਹੁਣ ਸਤਿਗੁਰੂ ਨੂੰ ਧੁੱਪ ਉਦੋਂ ਲਵਾਵਾਂਗੇ ਜਦੋਂ ਮਿਲ ਬੰਦ ਹੋਵੇ। ਮਿਲ ਨਹੀਂ ਚੱਲੇਗੀ, ਮਿਲ ਬੰਦ ਹੋ ਜਾਵੇ। ਸੋ ਮੇਰਾ ਕਹਿਣ ਤੋਂ ਭਾਵ ਇਹ ਸਭ ਕੁਛ ਸਤਿਗੁਰੂ ਦੇ ਸਤਿਕਾਰ ਵਿੱਚ ਆਪਣਾ ਤਨ ਮਨ ਧਨ ਨਿਸ਼ਾਵਰ ਕਰ ਦੇਈਏ, ਕਿਉਂਕਿ ਸਤਿਗੁਰੂ ਹੀ ਆਪਣਾ ਮੁੱਖ ਆਧਾਰ ਹਨ। ਜਿਨ੍ਹਾਂ ਨੇ ਸਤਿਗੁਰੂ ਨਾਲ ਪਿਆਰ ਕੀਤਾ ਉਹਨਾਂ ਦੇ ਵੀ ਦੁਨੀਆ 'ਤੇ ਇਤਿਹਾਸ ਲਿਖੇ ਗਏ ਸੁਨਹਿਰੀ ਅੱਖਰਾਂ ਵਿੱਚ। ਜਿਨ੍ਹਾਂ ਨੇ ਸਤਿਗੁਰੂ ਨਾਲ ਪਿਆਰ ਕਰਨ ਵਾਲਿਆਂ ਨਾਲ ਪਿਆਰ ਕੀਤਾ ਉਹਨਾਂ ਦੇ ਵੀ ਇਤਿਹਾਸ ਲਿਖੇ ਗਏ ਨੇ। ਆ ਭਾਈ ਰਸੀਆ ਜੀ ਬੈਠੇ ਨੇ ਨਾ, ਭਾਈ ਪ੍ਰੀਤਮ ਸਿੰਘ ਜੀ ਆਏ ਨੇ, ਆਪਣੇ ਬਰਾਬਰ ਦੀਆਂ ਰੂਹਾਂ ਨੇ, ਪਰ ਜਦੋਂ ਆਪਾਂ ਇਹਨਾਂ ਦੇ ਪਿਛੋਕੜ ਵਿੱਚ ਜਾਵਾਂਗੇ ਨਾ, ਭਾਈ ਗੁਰਚਰਨ ਸਿੰਘ ਰਸੀਆ ਦੇ ਦਾਦਾ ਜੀ ਭਾਈ ਉੱਤਮ ਸਿੰਘ ਜੀ ਸਨ। ਬਾਬਾ ਆਨੰਦ ਸਿੰਘ ਜੀ ਦੀ ਕਮਾਈ ਅਤੇ ਉਹਨਾਂ ਬਜ਼ੁਰਗਾਂ ਦੀ ਬਾਬਾ ਜੀ ਦੇ ਪ੍ਰਤੀ ਭਾਵਨਾ ਕੀ ਰੰਗ ਲਿਆਈ। ਬਾਬਾ ਜੀ ਨੇ ਉਹਨਾਂ ਨੂੰ ਸਤਿਗੁਰੂ ਨੂੰ ਭੋਗ ਲਵਾਉਣ ਦੀ ਸੇਵਾ ਬਖਸ਼ ਦਿੱਤੀ। ਥਾਲ ਤਿਆਰ ਕਰਕੇ ਸਤਿਗੁਰੂ ਦੇ ਹਜ਼ੂਰੀ ਵਿੱਚ ਲੈ ਕੇ ਗਏ ਬਾਬਾ ਉੱਤਮ ਸਿੰਘ ਜੀ। ਜਿਸ ਵੇਲੇ ਥਾਲ ਲਿਜਾ ਕੇ ਜਿਵੇਂ ਬਾਬਾ ਜੀ ਨੇ ਮਰਿਆਦਾ ਸਮਝਾਈ, ਅਰਦਾਸ ਕੀਤੀ ਅਤੇ ਸਤਿਗੁਰੂ ਜੀ ਨੇ ਪ੍ਰਗਟ ਹੋ ਕੇ ਉਹ ਭੋਜਨ ਛਕਣਾ ਸ਼ੁਰੂ ਕੀਤਾ। ਸਾਡੇ ਲੋਕ ਕਹਿੰਦੇ ਵੇਖਿਓ ਕਿਤੇ ਭੋਗ ਨਾ ਕਹਿ ਬੈਠਿਓ, ਮਨਮਤ ਹੈ, ਗੁਰਮੁਖੋ ਛਕਾਉਣ ਵਾਲਾ ਚਾਹੀਦਾ। ਬਾਬਾ ਜੀ ਕਹਿੰਦੇ ਸਨ, ਧੰਨ ਬਾਬਾ ਆਨੰਦ ਸਿੰਘ ਜੀ, ਉਹ ਭਲਿਆ ਧੰਨੇ ਭਗਤ ਦਾ ਪੱਥਰ ਭਗਵਾਨ ਬਣ ਕੇ ਰੋਟੀ ਖਾ ਸਕਦਾ, ਤੇਰਾ ਤਾਂ ਗੁਰੂ ਹੈ ਹੀ ਪ੍ਰਗਟ, ਤੂੰ ਪ੍ਰਗਟ ਨੂੰ ਪ੍ਰਗਟ ਨਹੀਂ ਕਰ ਸਕਦਾ। ਬਾਬਾ ਉੱਤਮ ਸਿੰਘ ਜੀ ਨੇ ਥਾਲ ਰੱਖਿਆ, ਅਰਦਾਸ ਕੀਤੀ, ਬੇਨਤੀ ਕੀਤੀ, ਸਤਿਗੁਰੂ ਜੀ ਨੇ ਪ੍ਰਤੱਖ ਰੂਪ ਵਿੱਚ ਬੈਠ ਕੇ ਪ੍ਰਸ਼ਾਦ ਛਕਣ ਵਾਸਤੇ ਪਹਿਲੀ ਗ੍ਰਾਹੀ ਤੋਈ, ਪਹਿਲੀ ਗ੍ਰਾਹੀ ਮੁੱਖ ਵਿੱਚ ਪਾਈ ਅਤੇ ਮੁੱਖ ਵਿੱਚ ਪਾਉਂਦਿਆਂ ਸਾਰ ਕੱਢ ਕੇ ਸੁੱਟ ਦਿੱਤੀ। ਬਾਬਾ ਉੱਤਮ ਸਿੰਘ ਜੀ ਡਰ ਗਏ, ਜਲਦੀ ਨਾਲ ਦੌੜ ਕੇ ਆਏ ਬਾਬਾ ਜੀ ਦੇ ਕੋਲ। ਬਾਬਾ ਜੀ ਪਤਾ ਨਹੀਂ ਮੈਥੋਂ ਕੀ ਅਵੱਗਿਆ ਹੋ ਗਈ, ਪਤਾ ਨਹੀਂ ਕੀ ਪਾਪ ਹੋ ਗਿਆ, ਸਤਿਗੁਰੂ ਜੀ ਨੇ ਗ੍ਰਾਹੀ ਮੁੱਖ ਵਿੱਚ ਪਾਈ ਅਤੇ ਤੋਂ ਕੱਢ ਕੇ ਬਾਹਰ ਸੁੱਟ ਦਿੱਤੀ। ਧੰਨ ਬਾਬਾ ਆਨੰਦ ਸਿੰਘ ਜੀ, ਸੇਵਾਦਾਰਾਂ ਨੂੰ ਇਕੱਠੇ ਕਰ ਲਿਆ, ਜਿਹੜੇ ਪ੍ਰਸ਼ਾਦਾ ਲਿਆਉਣ ਵਾਲੇ ਸੰਗੀ ਸਨ ਉਹਨਾਂ ਨੂੰ ਵੀ ਬੁਲਾ ਲਿਆ। ਬੁਲਾ ਕੇ ਬਾਬਾ ਜੀ ਕਹਿਣ ਲੱਗੇ ਵੀ ਸੱਚ ਦੱਸਿਓ, ਅੱਜ ਜਿਹੜਾ ਵਿਅਕਤੀ ਪ੍ਰਸ਼ਾਦਾ ਲੈ ਕੇ ਆਇਆ ਉਹਨੂੰ ਅੱਗੇ ਕਰ ਲਿਆ। ਕਹਿੰਦੇ ਸੱਚ ਦੱਸ, ਜਿਸ ਕਮਾਈ ਦਾ ਤੂੰ ਪ੍ਰਸ਼ਾਦਾ ਲਿਆਇਆ ਉਹ ਕਮਾਈ ਤੇਰੀ ਹੱਕ ਸੱਚ ਦੀ ਹੈ। ਬਾਬਾ ਜੀ ਦੇ ਸਾਹਮਣੇ ਝੂਠ ਨਾ ਬੋਲ ਸਕਿਆ। ਕਹਿਣ ਲੱਗਾ, ਬਾਬਾ ਜੀ ਸੱਚ ਇਹ ਆ, ਮੈਥੋਂ ਬਹੁਤ ਵੱਡੀ ਅਵੱਗਿਆ ਗਲਤੀ ਹੋ ਗਈ। ਕਿਸੇ ਆਦਮੀ ਤੋਂ ਮੈਂ 50 ਰੁਪਈਏ ਲੈਣੇ ਸਨ, ਉਧਾਰੇ ਦਿੱਤੇ ਸਨ, ਉਹ ਵਿਚਾਰਾ ਅਨਪੜ੍ਹ ਸੀ, ਉਹਨੂੰ ਪਤਾ ਨਹੀਂ ਸੀ, ਅਤੇ ਮੈਂ ਆਪਣੀ ਚਲਾਕੀ ਨਾਲ, ਸਿਆਣਪ ਨਾਲ 50 ਦੇ ਨਾਲ ਇੱਕ ਸਿਫਰ ਹੋਰ ਲਾ ਲਈ, ਉਹਦੇ ਤੋਂ 500 ਰੁਪਈਆ ਲਿਆ। 500 ਰੁਪਈਆ ਜਿਸ ਵੇਲੇ ਮੈਨੂੰ ਪ੍ਰਾਪਤ ਹੋਇਆ ਅਤੇ ਮੈਂ ਉਸ ਖੁਸ਼ੀ ਵਿੱਚ
ਪ੍ਰਸ਼ਾਦਾ ਲੈ ਕੇ ਆਇਆ। ਗੁਰਮੁਖੋ ਇਹ ਗੱਲ ਸਮਝ ਲੈਣੀ ਤੁਸੀਂ ਵੀ, 50 ਰੁਪਈਆਂ ਦੀ ਜਗ੍ਹਾ 'ਤੇ 500 ਰੁਪਈਆ ਲੈ ਲਿਆ ਅਤੇ ਉਸ ਖੁਸ਼ੀ ਵਿੱਚ ਪ੍ਰਸ਼ਾਦਾ ਲੈ ਕੇ ਆਇਆ। ਇੰਨੀ ਗੱਲ ਸੁਣਦਿਆਂ ਸਾਰ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਓਏ ਦੁਸ਼ਟਾ, ਗਰੀਬਾਂ ਦਾ ਖੂਨ ਨਿਚੋੜ ਕੇ ਤੂੰ ਗੁਰੂ ਨਾਨਕ ਨੂੰ ਪਿਆਵੇਂ, ਗੁਰੂ ਨਾਨਕ ਕਿੱਥੋਂ ਭੋਜਨ ਛਕੇਗਾ। ਇਸੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਿੱਚ ਪਾਈ ਹੋਈ ਗ੍ਰਾਹੀ ਬਾਹਰ ਸੁੱਟ ਦਿੱਤੀ। ਉਸ ਦਿਨ ਤੋਂ ਲੈ ਕੇ ਨਾਨਕਸਰ ਦੇ ਵਿੱਚ ਸੰਗਤਾਂ ਵਾਸਤੇ, ਸੇਵਾਦਾਰਾਂ ਵਾਸਤੇ, ਵਿਅੰਗਮਾਂ ਵਾਸਤੇ ਅੱਜ ਵੀ ਪ੍ਰਸ਼ਾਦਾ ਉਵੇਂ ਪੱਕਿਆ ਪਕਾਇਆ ਆਉਂਦਾ, ਪਰ 5 ਪ੍ਰਸ਼ਾਦੇ ਅਤੇ 1 ਕੌਲੀ ਦਾਲ ਜਾਂ ਸਬਜ਼ੀ ਦੀ ਉਹ ਬਾਬਾ ਜੀ ਦੇ ਅੰਦਰਲੇ ਲੰਗਰ ਦੇ ਵਿੱਚ ਹੁਣ ਵੀ ਸੇਵਾਦਾਰ ਤਿਆਰ ਕਰਦਾ। 3 ਟਾਈਮ ਸਤਿਗੁਰੂ ਨੂੰ ਭੋਗ ਲਵਾਉਣ ਵਾਸਤੇ ਬਾਬਾ ਜੀ ਕਹਿੰਦੇ, ਬਾਕੀ ਸਾਰਿਆਂ ਦੀ ਅਰਦਾਸ ਹਾਜ਼ਰੀ ਜ਼ਰੂਰ ਲਵਾਉਣੀ ਹੈ, ਪਰ ਸਤਿਗੁਰੂ ਨੂੰ ਛਕਾਉਣ ਵਾਸਤੇ ਇੱਥੇ 5 ਪ੍ਰਸ਼ਾਦੇ ਤਿਆਰ ਹੋਇਆ ਕਰਨ। ਸੋ ਗੁਰਮੁਖ ਪਿਆਰਿਓ, ਇਹ ਪਰਿਵਾਰ ਜਿਨ੍ਹਾਂ ਦੇ ਬਜ਼ੁਰਗਾਂ ਨੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਵਿੱਚ ਪ੍ਰਤੱਖ ਰੂਪ ਵਿੱਚ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ, ਐਸੀਆਂ ਸੇਵਾਵਾਂ ਕੀਤੀਆਂ ਨੇ, ਅਨੇਕਾਂ ਪਰਿਵਾਰ ਨੇ ਜਿਨ੍ਹਾਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਕੇ ਕੀ ਮੰਗਿਆ, ਝੋਲੀਆਂ ਅੱਡੀਆਂ। ਗਰੀਬ ਨਿਵਾਜ, ਸਾਡਾ ਸਾਰਾ ਪਰਿਵਾਰ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ, ਸਭ ਪਰਿਵਾਰ ਚੜ੍ਹਾਇਆ ਬੇੜੇ। ਸੋ ਆਪ ਨੇ ਬੜੇ ਲੰਮੇ ਸਮੇਂ ਤੋਂ, ਅੱਜ ਤਕਰੀਬਨ 6ਵਾਂ ਦਿਨ ਹੋ ਗਿਆ, ਕੱਲ੍ਹ ਨੂੰ 7ਵੇਂ ਦਿਨ ਸਮਾਪਤੀ ਦਾ, ਆਪ ਨੇ ਬਾਬਾ ਜੀ ਤੋਂ, ਸੈਕਟਰੀ ਸਾਹਿਬ ਤੋਂ ਵੀ ਸੁਣ ਲਿਆ ਕਿ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ। ਬਹੁਤ ਬਹੁਤ ਵਧਾਈ ਦੇ ਪਾਤਰ ਹੋ। ਬਾਬਾ ਜੀ ਤਾਂ ਹੈ ਹੀ ਨਹੀਂ, ਪਰ ਸਾਰੀ ਸੰਗਤ ਜਿਨ੍ਹਾਂ ਨੇ ਸੇਵਾ ਕੀਤੀ ਹੈ ਇੰਨੇ ਦਿਨ, ਗੁਰੂ ਕੇ ਕੀਰਤਨੀਆਂ ਨੇ ਬੜੀ ਬੜੀ ਦੂਰ ਤੋਂ ਆ ਕੇ ਕੀਰਤਨ ਦੀ ਹਾਜ਼ਰੀ ਭਰੀ, ਰੋਜ਼ਾਨਾ ਹਾਜ਼ਰੀਆਂ ਭਰੀਆਂ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਇਹ ਸੇਵਾ ਬਿਰਥੀ ਨਹੀਂ ਜਾਏਗੀ, ਕਿਉਂਕਿ ਉਹਨਾਂ ਹਸਤੀਆਂ ਦੀ ਯਾਦ ਵਿੱਚ ਹੈ ਜਿਹੜੇ ਏਡੀ ਵੱਡੀ ਹਸਤੀ ਦੇ ਮਾਲਕ ਸਨ, ਭਾਵੇਂ ਸਰੀਰ ਇਸ ਲੋਕ ਵਿੱਚ ਵਿਚਰਦਾ ਹੋਵੇ, ਹੁਕਮ ਦਰਗਾਹ ਵਿੱਚ ਚੱਲਦਾ ਸੀ, ਜਾਂ ਕਾ ਕਹਿਆ ਦਰਗੇ ਚੱਲੇ। ਉਹਨਾਂ ਹਸਤੀਆਂ ਦੀ ਯਾਦ ਵਿੱਚ ਸਾਰੇ ਮਹਾਂਪੁਰਖ ਸਤਿਕਾਰਯੋਗ ਆਏ ਨੇ, ਸੰਤ ਬਾਬਾ ਜਸਵੰਤ ਸਿੰਘ ਜੀ ਲੁਧਿਆਣੇ ਤੋਂ, ਕਿਉਂਕਿ ਬਾਬਾ ਸੁਖਦੇਵ ਸਿੰਘ ਜੀ ਨੇ ਬੜੇ ਪਿਆਰ ਦੀ ਗੰਢ ਪਾਈ, ਬਾਬਾ ਜੀ ਗੁਰੂਸਰ ਵਾਲੇ ਉਹ ਵੀ ਪਹੁੰਚੇ ਨੇ, ਹੋਰ ਮਹਾਤਮਾ ਮਹਾਂਪੁਰਸ਼ ਇਸ ਸਮਾਗਮ ਵਿੱਚ ਸਮੇਂ ਸਮੇਂ ਅਨੁਸਾਰ ਹਾਜ਼ਰੀਆਂ ਭਰਦੇ ਰਹੇ ਨੇ। ਹੁਣ ਮੈਂ ਇੱਕ ਵਾਰ ਫਿਰ ਬੇਨਤੀ ਕਰਾਂਗਾ ਕਿ ਆਪਾਂ ਕਲਗੀਆਂ ਵਾਲੇ ਸਤਿਗੁਰੂ ਦੀ ਉਸਤ ਦੇ ਵਿੱਚ ਧਾਰਨਾ ਪੜ੍ਹ ਲਈਏ, ਫਿਰ ਦਾਸ ਕੀਰਤਨ ਦੀ ਸਮਾਪਤੀ ਕਰੇਗਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਣ ਔਰ ਸਾਡੇ ਵਾਸਤੇ ਕਾਨੂੰਨ ਤੌਰ 'ਤੇ ਹੁਕਮ ਜਾਰੀ ਕੀਤਾ। ਸਤਿਗੁਰੂ ਜੀ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ। ਦੂਸਰਾ, ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਤੀਸਰਾ, ਸਾਨੂੰ ਜਿਉਣ ਦੀ ਜਾਚ ਸਿਖਾਈ ਹੈ ਔਰ ਨਾਲ ਬਚਨ ਕੀਤੇ ਨੇ, ਇਨ ਸਿੰਘਨ ਕੋ ਦਊਂ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਸਾਨੂੰ ਪਾਤਸ਼ਾਹੀਆਂ ਵਾਲੇ ਸੁੱਖ ਬਖਸ਼ੇ ਨੇ, ਸਰਦਾਰੀਆਂ ਬਖਸ਼ੀਆਂ ਨੇ। ਆਓ ਉਹਨਾਂ ਸਤਿਗੁਰਾਂ ਤੋਂ ਇੱਕ ਵਾਰ ਬਲਿਹਾਰ ਜਾ ਕੇ ਕੀਰਤਨ ਦੀ ਸਮਾਪਤੀ ਕਰੀਏ, ਸਾਰੇ ਪਿਆਰ ਦਾ ਸਬੂਤ ਦਿਓ। ਹੁਣ ਮੈਂ ਇਸ ਤਰ੍ਹਾਂ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਪਾਸੇ ਸਾਰੇ ਗੁਰਮੁਖ ਪਿਆਰੇ, ਜਿੰਨੀ ਸੰਗਤ ਗਿਣਤੀ ਹੈ, ਸਾਰੇ ਗੁਰਮੁਖ ਪਿਆਰੇ ਬੋਲਿਓ, ਮੈਂ ਜਾਵਾਂ ਬਲਿਹਾਰ ਕਲਗੀਆਂ ਵਾਲੇ ਤੋਂ,
ਸਦਕੇ 100-100 ਵਾਰ ਬਾਜਾਂ ਵਾਲੇ ਤੋਂ। ਦੂਸਰੇ ਪਾਸੇ ਮਾਈਆਂ ਬੀਬੀਆਂ ਗਿਣਤੀ ਵਾਲੇ ਪਾਸੇ ਤਾਂ ਮੈਨੂੰ ਕੋਈ ਫਰਕ ਨਹੀਂ ਲੱਗਦਾ, ਪਰ ਫਰਕ ਉਦੋਂ ਹੀ ਪਤਾ ਲੱਗਣਾ ਜੇ ਸਾਡੇ ਧਾਰਨਾ ਬੋਲਣ ਦੇ ਵਿੱਚ ਆਵਾਜ਼ ਘੱਟ ਆਈ। ਅਤੇ ਆਪਾਂ ਸਾਰਿਆਂ ਨੇ ਪੂਰਾ ਜ਼ੋਰ ਲਾ ਕੇ ਧਾਰਨਾ ਬੋਲਣੀ ਹੈ। ਉਦੋਂ ਬਾਅਦ ਫੈਸਲਾ ਬਾਬਾ ਸੁਖਦੇਵ ਸਿੰਘ ਜੀ ਦੇਣਗੇ ਕਿ ਨੰਬਰ ਗੁਰਮੁਖਾਂ ਭਾਈਆਂ ਦਾ ਜ਼ਿਆਦਾ ਕਿ ਮਾਈਆਂ ਬੀਬੀਆਂ ਦਾ ਨੰਬਰ ਵੱਡਾ ਹੈ। ਸਾਰੇ ਪਿਆਰ ਦਾ ਸਬੂਤ ਦਿੰਦਿਆਂ ਇਹ ਧਾਰਨਾ ਪੜ੍ਹ ਕੇ ਫਿਰ ਕੀਰਤਨੀ ਸਮਾਪਤੀ। ਮੈਂ ਜਾਵਾਂ ਬਲਿਹਾਰ ਕਲਗੀਆਂ ਵਾਲੇ ਕੋ, ਸਦਕੇ 100-100 ਵਾਰ ਬਾਜਾਂ ਵਾਲੇ ਕੋ। ਮੈਂ ਜਾਵਾਂ ਬਲਿਹਾਰ ਕਲਗੀਆਂ ਵਾਲੇ ਕੋ, ਸਦਕੇ 100-100 ਵਾਰ ਬਾਜਾਂ ਵਾਲੇ ਕੋ। ਮੈਂ ਜਾਵਾਂ ਬਲਿਹਾਰ ਭਾਈਆਂ ਸਾਰੀਆਂ ਜ਼ੋਰ ਲਾ ਕੇ ਭਾਈ 100 ਵਾਰ ਬਾਜਾਂ ਵਾਲੇ ਸਰਗ ਬਦਲ। ਮੈਂ ਜਾਵਾਂ ਬਲਿਹਾਰ ਕਲਗੀਆਂ ਵਾਲੇ ਕੋ, ਸਦਕੇ 100-100 ਵਾਰ ਬਾਜਾਂ ਵਾਲੇ ਕੋ। ਮੈਂ ਜਾਵਾਂ ਬਲਿਹਾਰ ਕਲਗੀਆਂ ਵਾਲੇ ਕੋ, ਸਦਕੇ 100-100 ਵਾਰ।
ਸਤਿਗੁਰ ਬਾਜਾ ਵਾਲਾ ਸੱਚੇ ਪਾਤਸ਼ਾਹ ਨੇ ਜਿੱਥੇ ਆਪ ਜੀ ਕੀਰਤਨ ਕਥਾ ਸੁਣਦੇ ਹੋ ਸੰਤ ਬਾਬਾ ਹਰਭਜਨ ਸਿੰਘ ਜੀ ਵੀ ਪਹੁੰਚ ਰਹੇ ਨੇ ਤੇ ਬੀਬੀਆਂ ਦਾ ਜਥਾ ਮਾਤਾ ਵੀ ਪ੍ਰੀਤ ਕੌਰ ਵੱਲੋਂ ਕਤਕੇ ਦਾ ਜਥਾ ਆਇਆ ਇਹ ਗੱਤਕੇ ਦੇ ਜ਼ੋਰ ਦੇਖਣਗੀਆਂ ਅਤੇ ਬੈਠੇ ਰਹਿਣਾ ਸੰਗਤਾਂ ਨੇ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕ ਸਾਹਿਬ ਤੋਂ ਆਏ ਨੇ ਜੀ ਆਇਆਂ ਨੂੰ ਗੁਰਮੁਖ ਪਿਆਰਿਓ ਦਾਸ ਕੀਰਤਨ ਦੀ ਸਮਾਪਤੀ ਕਰਦਾ ਕਿਉਂਕਿ ਵਕਤ ਬਹੁਤ ਹੋ ਗਿਆ ਮੈਂ ਇੱਕ ਵਾਰ ਫਿਰ ਸਾਰੇ ਗੁਰਮੁਖ ਪਿਆਰਿਆਂ ਨੂੰ ਭਾਈ ਸਤਿੰਦਰਜੀਤ ਸਿੰਘ ਮੰਟਾ ਭਾਈ ਕੰਵਰਜੀਤ ਸਿੰਘ ਬਰਕੰਦੀ ਸਰਦਾਰ ਦਿਆਲ ਸਿੰਘ ਜੀ ਕੋਲਿਆਂ ਵਾਲੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲਜ ਦੀ ਮੈਨੇਜਮੈਂਟ ਦੇ ਵੀ ਉਹ ਅਹੁਦੇਦਾਰ ਨੇ ਔਰ ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਸੇਵਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਬਹੁਤ ਸਹਿਯੋਗ ਦਿੱਤਾ ਜੋ ਬਾਬਾ ਜੀ ਦੇ ਬਹੁਤ ਲੰਮੇ ਸਮੇਂ ਤੋਂ ਪੁਸ਼ਤ ਦਰ ਪੁਸ਼ਤ ਸੇਵਾ ਕਰਦੇ ਆ ਰਹੇ ਪਰਿਵਾਰ ਕਈ ਪਰਿਵਾਰ ਪਾਕਿਸਤਾਨ ਬਣਨ ਵੇਲੇ ਤੋਂ ਲੈ ਕੇ ਵਿਛੜੇ ਹੋਏ ਉਸ ਤੋਂ ਬਾਅਦ ਕਿਸੇ ਨੂੰ ਗਾਹੇ ਵਗਾਹੇ ਕੋਈ ਸਮਾਂ ਮਿਲਿਆ ਦਰਸ਼ਨ ਕਰਨ ਦਾ ਨਾਨਕਸਰ ਕਲੇਰਾ ਉਸ ਤੋਂ ਬਾਅਦ ਸਮਾਗਮ ਆਰੰਭ ਹੋਏ ਧਰਤੀ ਮਲੋਟ ਦੀ ਉੱਤੇ ਔਰ ਜਿਨ੍ਹਾਂ ਸਮਾਗਮਾਂ ਦੀ ਬਦੌਲਤ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਚਰਨ ਪਾਏ ਔਰ ਉਹਨਾਂ ਦੇ ਚਰਨ ਪਾਉਣ ਅਤੇ ਪਵਾਉਣ ਦੇ ਵਿੱਚ ਮੁੱਖ ਸਿਹਰਾ ਮੈਂ ਸਮਝਦਾ ਸਰਦਾਰ ਗੁਰਨਾਮ ਸਿੰਘ ਔਰ ਸਰਦਾਰ ਸੁਖਦੇਵ ਸਿੰਘ ਜੀ ਬੂਟਾ ਗਿੱਲ ਜਿਨ੍ਹਾਂ ਨੇ ਪਿਆਰ ਵਿੱਚ ਉਸ ਸ਼ਰਧਾ ਦੇ ਵਿੱਚ ਧੰਨ ਬਾਬਾ ਕੁੰਦਨ ਸਿੰਘ ਜੀ ਦੇ ਚਰਨ ਮੁਬਾਰਕ ਵਾਲੀ ਜਗ੍ਹਾ ਇੱਕ ਕਿੱਲਾ ਬਾਬਾ ਜੀ ਦੇ ਸਪੁਰਦ ਕਰ ਦਿੱਤਾ ਉਹ ਬਾਬਾ ਜੀ ਦਾ ਅਸਥਾਨ ਉੱਥੇ ਬਠਿੰਡਾ ਰੋਡ 'ਤੇ ਭਲਾਈ ਕੇਂਦਰ ਬਣਿਆ ਹੋਇਆ ਸੋ ਮੈਂ ਸਾਰੇ ਗੁਰਮੁਖ ਪਿਆਰੇ ਜਿਹੜੇ ਪਿਓ ਦਾਦੇ ਤੋਂ ਲੈ ਕੇ ਧੰਨ ਬਾਬਾ ਆਨੰਦ ਸਿੰਘ ਜੀ ਦੇ ਘਰ ਦੀ ਸੇਵਾ ਸੰਗਤ ਕਰਦੇ ਆ ਰਹੇ ਨੇ ਔਰ ਅੱਜ ਨਵੀਆਂ ਰੂਹਾਂ ਦੇ ਰੂਪ ਵਿੱਚ ਆਪਾਂ ਵੇਖ ਰਹੇ ਹਾਂ ਰੂਹਾਂ ਨਵੀਆਂ ਨੇ ਸਰੀਰ ਨਵੇਂ ਨੇ ਪਰ ਉਹ ਜਿਹੜੀ ਪਿਛੋਕੜ ਵਾਲੀ ਸਾਂਝ ਪਿਤਾ ਪੁਰਖੀ ਸਾਂਝ ਉਹੀ ਪੁਰਾਤਨ ਚੱਲੀ ਆਉਂਦੀ ਹੈ ਦਾਸ ਸਾਰੀ ਸੰਗਤ ਨੂੰ ਇਲਾਕਾ ਨਿਵਾਸੀਆਂ ਸੰਗਤਾਂ ਨੂੰ ਸ਼ਹਿਰ ਮਲੋਟ ਦੀਆਂ ਸੰਗਤਾਂ ਨੂੰ ਔਰ ਸਾਰੇ ਪਤਵੰਤੇ ਸੱਜਣਾਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਮੁਬਾਰਕ ਦਿੰਦਾ ਹੋਇਆ ਔਰ ਵਿਸ਼ੇਸ਼ ਕਰਕੇ ਸੰਤ ਬਾਬਾ ਹਰਭਜਨ ਸਿੰਘ ਜੀ ਔਰ ਸੰਤ ਬਾਬਾ ਸੁਖਦੇਵ ਸਿੰਘ ਜੀ ਜਿਨ੍ਹਾਂ ਨੇ ਇੰਨਾ ਸੁੰਦਰ ਉਪਰਾਲਾ ਕਰਕੇ ਏਡੇ ਏਡੇ ਵੱਡੇ ਸਮਾਗਮਾਂ ਦੀ ਆਰੰਭਤਾ ਕੀਤੀ ਹੈ ਔਰ ਇਹ ਲੜੀਆਂ ਸ਼ੁਰੂ ਹੋ ਗਈਆਂ ਨੇ ਥਾਂ ਪਰ ਥਾਂ ਸਮਾਗਮ ਹੋਣੇ ਨੇ ਸਭ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਭੁੱਲ ਚੁੱਕ ਦੀ ਖਿਮਾ ਬਖਸ਼ਣੀ ਸਾਰੇ ਪਿਆਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ